ਮੋਹਾਲੀ ਦੇ ਵਿੱਚ ਇਨਕਾਊਂਟਰ ਦੀ ਜਿਹੜੀ ਹੈ ਘਟਨਾ ਵਾਪਰੀ ਹੈ। CIA ਤੇ ਬਦਮਾਸ਼ਾਂ ਵਿਚਾਲੇ ਇੱਥੇ ਮੁੱਠਭੇੜ ਚੱਲ ਰਹੀ ਹੈ, ਜੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚਾਰੇ ਪਾਸਿਓਂ ਤਾਬੜ ਤੋੜ ਫਾਇਰਿੰਗ ਦੀ ਜਿਹੜੀਆਂ ਨੇ ਉਹ ਆਵਾਜ਼ਾਂ ਆ ਰਹੀਆਂ ਨੇ। ਇੱਥੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ ਹੈ। ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ, ਤੁਹਾਨੂੰ ਉਹ ਵੀ ਦਿਖਾਵਾਂਗੇ। ਦੋ ਗੈਂਗਸਟਰਾਂ ਨੂੰ ਗੋਲੀ ਵੱਜੀਆਂ ਨੇ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੋ ਲਗਾਤਾਰ ਇਸ ਬਾਰੇ ਅਪਡੇਟ ਵੀ ਸਾਹਮਣੇ ਆ ਰਹੀ ਹੈ। ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ। ਜਿਸ ਬਾਅਦ ਜਵਾਬੀ ਫਾਇਰਿੰਗ ਦੇ ਵਿੱਚ ਇੱਥੇ ਦੱਸ ਦਈਏ ਕਿ ਇਹਨਾਂ ਬਦਮਾਸ਼ਾਂ 'ਚੋਂ ਦੋ ਨੂੰ ਗੋਲੀਆਂ ਲੱਗੀਆਂ ਨੇ। ਮੋਹਾਲੀ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇਹ ਮੁੱਠਭੇੜ ਦੀ ਘਟਨਾ ਵਾਪਰੀ ਹੈ। CIA ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਜਾਰੀ ਹੈ। ਦੱਸ ਦਈਏ ਕਿ ਇੱਥੇ ਦੋਹਾਂ ਪਾਸਿਓਂ ਤਾਬੜ ਤੋੜ ਫਾਇਰਿੰਗ ਦੀ ਜਿਹੜੀ ਹੈ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਕੁਝ ਅਪਡੇਟ, ਕਿਆ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਪੁਲਿਸ ਨੂੰ ਮਿਲੀ ਸੀ, ਕੌਣ ਇਹ ਲੋਕ ਨੇ, ਇਹਨਾਂ ਬਾਰੇ ਹਲੇ ਪਤਾ ਲਗਾਇਆ ਜਾ ਰਿਹਾ। ਪਿੰਡ ਸਨੇਟਾ ਨੇੜੇ ਪੁਲਿਸ ਦੇ ਬਦਮਾਸ਼ਾਂ ਵਿਚਾਲੇ ਇਹ ਇਨਕਾਊਂਟਰ ਜਿਹੜਾ ਹੋਇਆ, ਇਹ ਫਿਲਹਾਲ ਦੀ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ। ਤੇ ਦੋ ਗੈਂਗਸਟਰਾਂ ਨੂੰ ਗੋਲੀਆਂ ਵੱਜੀਆਂ ਨੇ, ਹਾਲਤ ਉਹਨਾਂ ਦੀ ਨਾਜ਼ੁਕ ਦੱਸੀ ਜਾ ਰਹੀ ਹੈ। ਸੋ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ, ਇੱਥੇ ਜੋ ਜਾਣਕਾਰੀ ਮਿਲ ਰਹੀ ਹੈ। ਜਸਪ੍ਰੀਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਜਸਪ੍ਰੀਤ, ਕੀ ਕੁਝ ਜਾਣਕਾਰੀ ਇਸ ਵੇਲੇ ਜੋ ਇਨਕਾਊਂਟਰ ਮੋਹਾਲੀ ਵਿੱਚ ਹੋ ਰਿਹਾ? ਹਜੇ ਤੱਕ ਜਿਹੜਾ ਬਾਰਡਰ ਪੂਰੀ ਚੱਲ ਰਹੀ ਹੈ ਇਹ, ਕਿਉਂਕਿ ਇਹ ਜਿਹੜਾ ਹੈਗਾ ਇਲਾਕਾ ਹੈ ਖਰੜ ਤੋਂ ਜਿਹੜਾ ਆ, ਜਦ ਬਦੂਨ ਨੂੰ ਜਾਂਦੇ ਹਾਂ ਉਸ ਤੋਂ ਇੱਕ ਪਿੰਡ ਪੈਂਦਾ ਸਨੇਟਾ, ਉੱਥੇ ਦੇ ਕਰੀਬ ਜਾ ਕੇ ਉੱਥੇ ਪੁਲਿਸ ਨੇ ਘੇਰਿਆ ਸੀਗਾ। ਇਹ ਸਟਾਫ ਜਿਹੜਾ ਆ ਉਹਨਾਂ ਵੱਲੋਂ ਇਹ ਮੁੱਠਭੇੜ ਹੋਈ ਹੈ। ਸੀ ਇਹ ਸਟਾਫ ਸੀਗਾ ਉਹਦੀ, ਗੁਰਸ਼ੇਰ ਸਿੰਘ ਸੰਧੂ ਜਿਹੜੇ DSP, ਉਹਨਾਂ ਉਹ ਟੀਮ ਨੂੰ ਲੀਡ ਕਰ ਰਹੇ ਸੀਗੇ ਜਦ ਇਹ ਬਦਮਾਸ਼ਾਂ ਨੂੰ ਘੇਰਿਆ ਗਿਆ। ਦੋਨੋਂ ਤਰਫ ਫਾਇਰਿੰਗ ਹੋਈ ਹੈ, ਪਹਿਲਾਂ ਫਾਇਰਿੰਗ ਇਹਨਾਂ ਨੇ ਕਰਨੀ ਸਟਾਰਟ ਕੀਤੀ ਹੈ ਬਦਮਾਸ਼ਾਂ ਨੂੰ ਘੇਰਿਆ, ਤਾਂ ਤਦੀ ਉਹ ਦੂਜੇ ਪਾਸੇ ਵੀ ਫਾਇਰਿੰਗ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ। ਜ਼ਖਮੀ ਦੱਸੇ ਜਾ ਰਹੇ ਫਿਲਹਾਲ, ਹਜੇ ਕਾਰਵਾਈ ਚੱਲ ਰਹੀ ਹੈ, ਅਜੇ ਪੁਲਿਸ ਕੋਈ ਵੀ ਅਫੀਸ਼ੀਅਲ ਅਪਡੇਟ ਨਹੀਂ ਦੇ ਰਹੀ, ਕਿਉਂਕਿ ਇਹ ਨਾ ਤਾਂ ਉਹਦੀ ਗਿਣਤੀ ਕਨਫਰਮ ਕੀਤੀ ਜਾ ਰਹੀ ਹੈ ਤੇ ਨਾ ਹੀ ਅਜੇ ਹੋਰ ਕੋਈ ਅਪਡੇਟ ਦਿੱਤੀ ਜਾ ਰਹੀ ਹੈ। ਫਿਲਹਾਲ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਜ਼ਰੂਰ ਜਿਹੜਾ ਆ ਪੁਲਿਸ ਨੇ ਅਗਲੇ ਘੇਰਾ ਪਾ ਲਿਆ ਹੈ ਤੇ ਕਾਰਵਾਈ ਅਜੇ ਜਾਰੀ ਹੈ। ਸੋ ਕੁੱਲ ਕਿੰਨੇ ਬਦਮਾਸ਼ ਨੇ, ਇਸ ਬਾਰੇ ਕੁਝ ਸਾਫ਼ ਹੋਈ ਹੈ ਤਸਵੀਰ? ਨਹੀਂ, ਹਜੇ ਇਹਨਾਂ ਬਾਰੇ ਵੀ ਨਹੀਂ ਕੋਈ ਜਾਣਕਾਰੀ ਮਿਲ ਪਾ ਰਹੀ ਹੈ, ਕਿਉਂਕਿ ਹੋ ਸਕਦਾ ਕਿ ਦੋ ਜਾਂ ਦੋ ਤੋਂ ਵੱਧ ਹੋਣ, ਕਿਉਂਕਿ ਅਜੇ ਤੱਕ ਕੁਝ ਵੀ ਜਿਹੜਾ ਸਾਫ਼ ਨਹੀਂ ਹੋ ਪਾ ਰਿਹਾ। ਨਾ ਤਾਂ ਉਸ ਸਪੌਟ ਦੇ ਬਿਲਕੁਲ ਨੇੜੇ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ, ਕਿਉਂਕਿ ਪੁਲਿਸ ਨੇ ਆਲੇ ਦੁਆਲੇ ਉਹ ਪਹਿਲਾਂ ਹੀ ਘੇਰਾਬੰਦੀ ਕਰਨੀ ਸੀ। ਪਰ ਇੰਨਾ ਜ਼ਰੂਰ ਹੈ ਕਿ ਮੋਹਾਲੀ ਦਾ CIA ਸਟਾਫ ਆ ਜਿਹੜਾ, ਉਹਨੂੰ ਇਹਦੀ ਸੂਹ ਲੱਗ ਚੁੱਕੀ ਸੀ ਪਹਿਲਾਂ, ਉਹਨਾਂ ਨੇ ਪਿੱਛਾ ਕੀਤਾ ਤੇ ਜਦ ਮੋਹਾਲੀ ਤੋਂ ਜਿਹੜਾ ਬਨੂਰ ਵਾਲਾ ਰੋਡ ਹੈ ਉੱਥੇ ਸਨੇਟਾ ਪਿੰਡ ਦਾ ਜਿਹੜਾ ਚੌਂਕ ਆਉਂਦਾ ਉੱਥੇ ਜਾ ਕੇ ਜਦ ਇਹਨਾਂ ਨੂੰ ਘੇਰਿਆ, ਤਦੇ ਇਹਨਾਂ ਨੇ ਫਾਇਰਿੰਗ ਪੁਲਿਸ ਉੱਤੇ ਕਰਤੀ ਤੇ ਪੁਲਿਸ ਵੱਲੋਂ ਜਿਹੜੀ ਜਵਾਬੀ ਫਾਇਰਿੰਗ ਕੀਤੀ ਗਈ ਇਹਨਾਂ ਤੇ। ਬਿਲਕੁਲ, ਸੋ ਇੱਥੇ ਜਿਸ ਤਰ੍ਹਾਂ ਨਾਲ ਜਵਾਬੀ ਫਾਇਰਿੰਗ ਕੀਤੀ ਹੈ, ਲੇਕਿਨ ਜੋ ਜਾਣਕਾਰੀ ਮਿਲ ਰਹੀ ਹੈ ਕਿ ਦੋ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਗੋਲੀਆਂ ਵੀ ਵੱਜੀਆਂ ਨੇ, ਕੁਝ ਇਸ ਬਾਰੇ ਜਾਣਕਾਰੀ? ਜੀ ਬਿਲਕੁਲ, ਜ਼ਖਮੀ ਦੱਸੇ ਜਾ ਰਹੇ ਹੈ, ਇਹ ਕਿ ਦੋ ਜਿਹੜੀਆਂ ਗੋਲੀਆਂ ਵੱਜੀਆਂ ਨੇ ਇਹਨਾਂ ਨੂੰ, ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਜਿਹੜੀ ਹੈ, ਜਦ ਕੋਈ ਅਫੀਸ਼ੀਅਲ ਜਾਣਕਾਰੀ ਨਹੀਂ ਦਿੰਦੀ ਤਦ ਤੱਕ ਕੁਝ ਵੀ ਕਹਿਣਾ ਇਸ ਤੇ ਮੁਨਾਸਿਬ ਨਹੀਂ ਹੋਵੇਗਾ, ਕਿਉਂਕਿ ਇਹ ਕੌਣ ਨੇ, ਕਿ ਗੈਂਗ ਨਾਲ ਜੁੜੇ ਹੋਏ ਨੇ ਤੇ ਹੋਰ ਕਿੰਨੇ ਕੁ ਬੰਦੇ ਇਨਵੋਲਵ ਨੇ, ਕੀ ਇਹ ਇਕੱਲੀ ਇੱਕ ਗੱਡੀ ਸੀ ਜਾਂ ਇਸ ਤੋਂ ਉੱਪਰ ਵੀ ਕੋਈ ਇੱਕ ਹੋਰ ਗੱਡੀ ਵੀ ਸੀਗੀ, ਇਹ ਸਾਰੀ ਅਜੇ ਡਿਟੇਲਿੰਗ ਆਉਣੀ ਬਾਕੀ ਹੈ। ਰਾਧਾ, ਜਿਵੇਂ ਵੀ ਅਪਡੇਟ ਹੁੰਦੀ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਜਿਹੜੇ ਕਰਦੇ ਰਵਾਂਗੇ। ਬਿਲਕੁਲ, ਲੇਕਿਨ ਆਪਣੇ ਆਪ ਦੇ ਵਿੱਚ ਬੜਾ ਅਹਿਮ ਹੈ ਕਿ ਇੱਥੇ ਜਿਸ ਤਰ੍ਹਾਂ ਦੇ ਨਾਲ ਮੋਹਾਲੀ ਦੇ ਵਿੱਚ ਇਨਕਾਊਂਟਰ ਹੋਇਆ, ਹਾਲਾਂਕਿ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ ਗੈਂਗਸਟਰਸ ਕਿਸ ਕਦਰ ਸਰਗਰਮ ਰਹੇ ਨੇ, ਕਿਸੇ ਤੋਂ ਲੁਕਿਆ ਨਹੀਂ ਹੈ, ਲੇਕਿਨ ਇੱਕ ਵਾਰ ਫਿਰ ਇਸ ਤਰ੍ਹਾਂ ਦੇ ਨਾਲ ਇਹ ਸਰਗਰਮ ਹੋਏ ਨੇ ਔਰ ਇੱਥੇ ਮੁੱਠਭੇੜ ਹੋਈ ਹੈ, ਤਾਂ ਯਕੀਨਨ ਇਸ ਬਾਰੇ ਕੋਈ ਨਾ ਕੋਈ CIA ਸਟਾਫ ਨੂੰ ਪੁਖਤਾ ਜਾਣਕਾਰੀ ਰਹੀ ਹੋਏਗੀ ਇਹਨਾਂ ਬਾਰੇ। ਜੀ ਬਿਲਕੁਲ, ਜਾਣਕਾਰੀ ਹੋਣ ਤੇ ਹੀ ਜਿਹੜਾ ਆ ਇਹਨਾਂ ਦਾ ਪਿੱਛਾ ਕੀਤਾ ਗਿਆ ਹੈ, ਕਿਉਂਕਿ ਮੋਹਾਲੀ ਹਮੇਸ਼ਾ ਹੀ ਵਿਵਾਦਾਂ 'ਚ ਰਹਿੰਦਾ ਆ। ਮੋਹਾਲੀ ਦੇ ਵਿੱਚ ਪਹਿਲਾਂ ਵੀ ਇਹ ਬੜਾ ਇਸ਼ੂ ਉੱਠਿਆ ਕਿ ਆਲੇ ਦੁਆਲੇ ਪੰਜਾਬ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਮੋਹਾਲੀ ਚੰਡੀਗੜ੍ਹ ਦਾ ਏਰੀਆ ਚੂਜ਼ ਕਰਦੇ, ਆਊਟਰ ਏਰੀਆ ਚੂਜ਼ ਕਰਦੇ ਨੇ ਰਹਿਣ ਦੇ ਲਈ, ਇੱਥੇ ਪਨਾਹ ਲੈਣ ਦੇ ਲਈ,
ਤੇ ਇੱਥੇ ਜਿਹੜੇ ਉਹ ਲੁਕੇ ਰਹਿੰਦੇ ਨੇ, ਕਿਉਂਕਿ ਇੱਥੇ ਕੀ ਹੁੰਦਾ ਹੈ ਕਿ ਤੁਸੀਂ ਜਦ ਕਿਸੇ ਦਾ ਮਕਾਨ ਕਿਰਾਏ ਤੇ ਲੈਂਦੇ ਹੋ ਤਾਂ ਜ਼ਿਆਦਾ ਤੁਹਾਡੀ ਆਈਡੈਂਟੀਫਿਕੇਸ਼ਨ ਨਹੀਂ ਚੈੱਕ ਕੀਤੀ ਜਾਂਦੀ, ਕਈ ਵਾਰ ਪੈਸੇ ਦੇਖੇ ਜਾਂਦੇ ਨੇ ਤੇ ਮਕਾਨ ਕਿਰਾਏ ਤੇ ਦੇ ਦਿੱਤੇ, ਤਾਂ ਹੀ ਕਈ ਵਾਰ ਸਰਚ ਆਪਰੇਸ਼ਨ ਵੀ ਇੱਥੇ ਚਲਾਏ ਜਾਂਦੇ ਨੇ। ਹੋ ਸਕਦਾ ਕਿ ਇਹ ਇੱਥੇ ਜਿਹੜੇ ਲੁਕੇ ਹੋਣ ਤੇ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਮਿਲਦੀ ਆ, ਤਦ ਹੀ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਆ ਤੇ ਫਿਰ ਜਾ ਕੇ ਅੱਗੇ ਜਦ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਦ ਹੀ ਜਿਹੜਾ ਆ ਘੇਰਾਬੰਦ ਤੋਂ ਜਿਹੜੇ ਜਵਾਬੀ ਕਾਰਵਾਈ ਦੋਨੋਂ ਪਾਸਿਓਂ ਗੋਲੀ ਚੱਲਦੀ ਆ। ਪਹਿਲਾਂ ਬਦਮਾਸ਼ ਜਿਹੜੀ ਆ ਗੋਲੀਬਾਰੀ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਫਾਇਰਿੰਗ ਕਰਕੇ ਇੱਥੋਂ ਨਿਕਲ ਸਕਦੇ ਹਾਂ, ਪਰ ਦੂਜੇ ਪਾਸਿਓਂ ਜਿਹੜੇ ਨੇ ਗੁਰਸ਼ੇਰ ਸਿੰਘ ਸੰਧੂ ਜਿਹੜੇ DSP ਨੇ ਉਹ ਲੀਡ ਕਰ ਰਹੇ ਸੀਗੇ ਇਸ ਨੂੰ, ਉਹਨਾਂ ਵੱਲੋਂ ਵੀ ਜਿਹੜੀ ਉਹਨੇ ਟੀਮ ਵੱਲੋਂ ਵੀ ਫਾਇਰਿੰਗ ਕੀਤੀ ਗਈ ਆ। ਸੋ ਜਿਹੜਾ ਇਨਫੋਰਮੇਸ਼ਨ ਸੀ ਪੁਲਿਸ ਕੋਲ ਪਹਿਲਾਂ ਇਸ ਦੀ, ਪਰ ਮੋਹਾਲੀ ਵਾਰ ਵਾਰ ਵਿਵਾਦਾਂ ਇਸ ਕਰਕੇ ਵੀ ਆ ਰਿਹਾ ਰਹਿੰਦਾ ਕਿਉਂਕਿ ਇੱਥੇ ਹਮੇਸ਼ਾ ਹੀ ਜਿਹੜਾ ਆ ਬਹੁਤ ਸਾਰੇ ਜਿਹੜੇ ਲੋਕ ਨੇ ਪਨਾਹ ਲੈਂਦੇ ਨੇ, ਰਾਜਸਥਾਨ ਦਾ ਜਿਹੜਾ ਮਰਡਰ ਹੁੰਦਾ ਉਹਦੇ ਵੀ ਇੱਥੇ ਆ ਕੇ ਉਹ ਜਿਹੜੇ ਇੱਥੋਂ ਫੜੇ ਜਾਂਦੇ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚੋਂ ਹੀ, ਤੇ ਹੋਰ ਜਿਹੜੇ ਗੈਂਗਸਟਰ ਜਿਹੜੇ ਲਿੰਕ ਮੋਹਾਲੀ 'ਚ ਜੁੜਦੇ ਨੇ। ਸੋ ਇਹ ਪੁਲਿਸ ਨੂੰ ਇਨਫੋਰਮੇਸ਼ਨ ਸੀ, ਪਰ ਇਸ ਉੱਤੇ ਹੁਣ ਹੋਰ ਚੁਕੰਨੀ ਵਰਤਣ ਦੀ ਲੋੜ ਆ ਕਿ ਇਕੱਲੇ ਨੇ ਜਾਂ ਇਹਨਾਂ ਦਾ ਪੂਰਾ ਕੋਈ ਗੈਂਗ ਜਾਂ ਪਿੱਛੋਂ ਹੋਰ ਸਾਥੀ ਵੀ ਕਿਤੇ ਮੋਹਾਲੀ 'ਚ ਲੁਕੇ ਹੋਏ ਨੇ ਜਾਂ ਅੱਗੇ ਵਧੇ ਨੇ, ਇਹ ਸਾਰੀ ਇਨਫੋਰਮੇਸ਼ਨ ਜਲਦੀ ਜਿਹੜੀ ਆਪਣੇ ਕੋਲ ਪਹੁੰਚ ਜਾਏਗੀ। ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਨਿਕਲ ਨਿਕਲ ਕੇ ਸਾਹਮਣੇ ਆਏਗੀ ਦਰਸ਼ਕਾਂ ਤੱਕ ਅਸੀਂ ਪਹੁੰਚਾਵਾਂਗੇ, ਲੇਕਿਨ ਆਪਣੇ ਆਪ ਦੇ ਵਿੱਚ ਬੜੀ ਅਹਿਮ ਕਾਰਵਾਈ। ਔਰ ਸਹੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਮੋਹਾਲੀ ਦਾ ਇਲਾਕਾ ਹੈ, ਲਾਂਡਰਾ ਦਾ ਇਲਾਕਾ ਹੈ, ਅਕਸਰ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਸ਼ਾਇਦ ਇੱਕ ਈਜ਼ੀ ਪੈਸੇਜ ਮਿਲਦਾ ਹੈ ਅਜਿਹੇ ਜਿਹੜੇ ਬਦਮਾਸ਼ ਨੇ ਜਾਂ ਗੈਂਗਸਟਰਸ ਨੇ ਉਹਨਾਂ ਨੂੰ ਹੋਰ ਥਾਵਾਂ ਤੇ ਭੱਜਣ ਦੇ ਲਈ। ਜਸਪ੍ਰੀਤ ਜੀ, ਬਿਲਕੁਲ ਮਿਲਦਾ, ਕਿਉਂਕਿ ਦੇਖੋ ਇੱਕ ਤਾਂ ਇੱਥੋਂ ਬਿਲਕੁਲ ਜਿਹੜਾ ਆ ਚੰਡੀਗੜ੍ਹ ਦਾ ਜਿਹੜਾ ਬਾਰਡਰ ਪੈ ਜਾਂਦਾ, ਕਿਉਂਕਿ ਅਲੱਗ ਜਿਹੜੀ ਪੁਲਿਸ ਹੁੰਦੀ ਆ, ਦੋ ਸਟੇਟ ਦੀ ਪੁਲਿਸ ਜਾਂ ਕਾਰਵਾਈ ਕਰਦੀ, ਉਹ 'ਚ ਫਰਕ ਪੈਂਦਾ, ਨਾਲ ਇਸਦੇ ਜਿਹੜਾ ਆ ਇੱਥੋਂ ਹੀ ਜਿਹੜਾ ਈਜ਼ੀ ਐਕਸੈਸ ਆ ਜਿਹੜਾ ਹਰਿਆਣੇ ਦਾ ਪੈਂਦਾ ਆ, ਤੇ ਫਿਰ ਇਹ ਜਿਹੜਾ ਏਰੀਆ ਹੈਗਾ ਇਹ ਕਾਫੀ ਜ਼ਿਆਦਾ ਖੁੱਲ੍ਹਾ ਏਰੀਆ ਆ ਜਿੱਥੋਂ ਕਈ ਰਸਤੇ ਨੇ, ਕੋਈ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਜਿਹਾ ਘਿਰ ਜਾਓਗੇ, ਤੁਹਾਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਜਾਣਾ ਵੀ ਆਸਾਨ ਹੈਗਾ ਆ। ਇਹ ਆਊਟਰ ਏਰੀਆ ਮੋਹਾਲੀ ਦਾ ਐਸਾ ਏਰੀਆ ਆ ਜਿੱਥੇ ਕਿ ਜਿਹੜਾ ਇੱਕ ਆਈਡੈਂਟੀਫਿਕੇਸ਼ਨ ਚੈੱਕ ਕਰਨੀ, ਕਿਉਂਕਿ ਬਹੁਤ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਆ, ਨਵੇਂ ਘਰ ਬਣ ਰਹੇ ਨੇ, ਬੜੀ ਬੜੀ ਦੂਰ ਜ਼ਿਆਦਾ ਕਲੋਨੀਜ਼ ਬਣ ਰਹੀਆਂ ਨੇ, ਤਾਂ ਉੱਥੇ ਲੁਕਣਾ ਵੀ ਆਸਾਨ ਹੁੰਦਾ ਇਹਨਾਂ ਲਈ, ਪਨਾਹ ਲੈਣੀ ਆਸਾਨ ਹੁੰਦੀ ਆ, ਈਜ਼ੀ ਤੇ ਵੇ ਹੁੰਦਾ ਆ, ਤੇ ਉੱਥੋਂ ਲੱਗਦਾ ਇਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਘਿਰਦੇ ਵੀ ਆ ਤਾਂ ਭੱਜਣ ਲਈ ਰਸਤੇ ਬਹੁਤ ਨੇ ਇੱਥੋਂ। ਇਸ ਕਰਕੇ ਇੱਥੇ ਇਹ ਜਗ੍ਹਾ ਨੂੰ ਜਿਹੜਾ ਚੂਜ਼ ਕੀਤਾ ਜਾਂਦਾ, ਖਾਸ ਕਰਕੇ ਮੋਹਾਲੀ ਦਾ ਆਊਟਰ ਏਰੀਆ ਆ ਜਿਵੇਂ ਇਹ ਏਰੀਆ ਸੀਗਾ, ਤੇ ਇਹਨੂੰ ਲੈ ਕੇ ਜਿਹੜਾ ਆ ਕਈ ਜਿਹੜੀਆਂ ਸਟੇਟਸ ਦੋ ਨਾਲ ਆ ਜਾਂਦੀਆਂ ਨੇ, ਦੋ ਅਲੱਗ ਅਲੱਗ ਪੁਲਿਸ ਆ ਜਾਂਦੀਆਂ ਨੇ ਨਾਲ, ਉਹਨਾਂ ਨਾਲ ਤਾਲਮੇਲ ਜਦ ਤੱਕ ਪੰਜਾਬ ਪੁਲਿਸ ਕਰ ਪਾਵੇ ਤਦ ਤੱਕ ਇਹ ਨਿਕਲ ਸਕਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਥੇ ਹੀ ਪਨਾਹ ਜਿਹੜੀ ਜ਼ਿਆਦਾ ਲਿੱਤੀ ਜਾਂਦੀ ਹੈ, ਤਾਂ ਇਹਨਾਂ ਨੂੰ ਸੌਖਾ ਵੀ ਰਹਿੰਦਾ ਆ ਇੱਥੋਂ ਕਾਰਵਾਈ ਕਰਨੀ, ਤੇ ਦੂਜੇ ਨੰਬਰ ਤੇ ਇਹ ਵੀ ਹੈਗਾ ਕਿ ਇੱਥੋਂ ਹਰ ਚੀਜ਼ ਮੁਹੱਈਆ ਇਹਨਾਂ ਨੂੰ ਹੁੰਦੀ ਹੈ ਈਜ਼ੀ। ਜੀ ਬਿਲਕੁਲ, ਔਰ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਇਹ ਵੀ ਨਿਕਲ ਕੇ ਆ ਰਹੀ ਜਸਪ੍ਰੀਤ ਕਿ ਸ਼ਾਇਦ ਇੱਕ ਗੈਂਗਸਟਰ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਕੁਝ ਤੁਹਾਡੇ ਕੋਲ ਅਪਡੇਟ ਆ ਰਹੀ ਹੈ? ਜੀ ਅਜੇ ਦਾਦਾ ਇਸ ਨੂੰ ਲੈ ਕੇ ਅਪਡੇਟ ਨਹੀਂ ਹੈ, ਸਿਰਫ ਇਹ ਜਿਹੜੀਆਂ ਸਾਹਮਣੇ ਚਰਚਾ ਆ ਰਹੀਆਂ, ਪਰ ਪੁਲਿਸ ਨੇ ਅਜੇ ਤੱਕ ਅਫੀਸ਼ੀਅਲੀ ਇਸ ਉੱਤੇ ਕੁਝ ਨਹੀਂ ਕਿਹਾ, ਕਿਉਂਕਿ ਜਦ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਹਨਾਂ ਨੂੰ ਘੇਰਾਬੰਦੀ ਕੀਤੀ ਗਈ ਹੈ, ਤਾਂ ਪੁਲਿਸ ਨੇ ਉਹਨਾਂ ਨੂੰ ਜਿਹੜਾ ਆ ਉਸੇ ਵਕਤ ਰਾਊਂਡਅਪ ਕਰ ਲਿਆ ਸੀ ਉੱਥੋਂ ਜਿਹੜਾ ਆ ਲੋਕੇਸ਼ਨ ਤੋਂ, ਕਿਉਂਕਿ ਦੋਨੋਂ ਆ ਗੰਭੀਰ ਜ਼ਖਮੀ ਹੁੰਦੇ ਨੇ ਇਸ ਨੂੰ ਲੈ ਕੇ, ਕਿਉਂਕਿ ਜਿਹੜੇ ਹਥਿਆਰ ਉਹਨਾਂ ਕੋਲ ਵੀ ਸੀਗੇ, ਵਾਈਪਨ ਸੀਗੇ, ਤਾਂ ਇਹ ਵੀ ਖਤਰਾ ਰਹਿੰਦਾ ਹੈ ਜਾਂ ਪੁਲਿਸ ਜ਼ਿਆਦਾ ਨਜ਼ਦੀਕ ਨਹੀਂ ਜਾਂਦੀ, ਜਾਂ ਪੂਰੀ ਤਰ੍ਹਾਂ ਜਿਹੜਾ ਤਸੱਲੀ ਹੁੰਦੀ ਹੈ ਫਿਰ ਜਾਂਦੀ ਹੈ। ਜਲਦੀ ਅਸੀਂ ਵੀ ਜਿਹੜੇ ਲੋਕੇਸ਼ਨ ਤੇ ਪਹੁੰਚ ਰਹੇ ਹਾਂ ਤੇ ਹਰ ਅਪਡੇਟ ਜਿਹੜਾ ਦਰਸ਼ਕਾਂ ਤੱਕ ਪਹੁੰਚਾਵਾਂਗੇ ਜੀ। ਬਿਲਕੁਲ, ਔਰ ਇੱਥੇ ਬੜੀ ਅਹਿਮ ਗੱਲ ਇੱਕ ਹੋਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਬਦਮਾਸ਼ਾਂ ਕੋਲ, ਗੈਂਗਸਟਰਸ ਕੋਲ ਹਥਿਆਰ ਜਿਹੜੇ ਨੇ ਉਹ ਬਰਾਮਦ ਹੁੰਦੇ ਨੇ ਜਦੋਂ, ਤੇ ਸਵਾਲ ਉੱਠਦੇ ਨੇ ਆਖਿਰ ਇਹ ਹਥਿਆਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਸਪਲਾਈ ਹੋ ਰਹੇ ਨੇ? ਕੁਝ ਕੰਟਰੀ ਮੇਡ ਰਹਿੰਦੇ ਨੇ ਹਥਿਆਰ ਜਦੋਂ ਬਰਾਮਦ ਹੁੰਦੇ ਨੇ, ਕਈ ਜਿਹੜੇ ਬਾਹਰੋਂ ਵੀ ਆਉਂਦੇ ਨੇ ਜਸਪ੍ਰੀਤ? ਜੀ ਬਿਲਕੁਲ, ਇੱਥੇ ਇਹ ਨਾਕਾਮੀ ਸਾਫ਼ ਹੈ ਕਿ ਦਾਅਵੇ ਤਾਂ ਬਹੁਤ ਵੱਡੇ ਸਰਕਾਰ ਕਰਦੀ ਰਹੀ ਹੈ ਕਿ ਗੈਂਗਸਟਰਾਂ ਲਈ ਅਸੀਂ ਅਲੱਗ ਤੋਂ ਫੋਰਸਿਸ ਬਣਾਉਂਦੇ ਹਾਂ, ਉਹਨਾਂ ਉੱਤੇ ਜਿਹੜਾ ਕਾਬੂ ਪਾਇਆ ਜਾਵੇਗਾ, ਇੱਥੋਂ ਤੱਕ ਕਿ ਪਿੱਛੇ ਜੇ ਇੱਕ
ਸਰਜੀਕਲ ਆਪਰੇਸ਼ਨ ਵੀ ਚਲਾਇਆ ਗਿਆ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਚੈੱਕ ਕੀਤਾ ਜਾਵੇ। ਪਰ ਇਹ ਵੱਡੀ ਗੱਲ ਹੈਗੀ ਆ ਕਿ ਜਿਹੜੇ ਹਥਿਆਰ ਮੁਹੱਈਆ ਹੋ ਰਹੇ ਨੇ ਉਹ ਕਿੱਥੋਂ ਹੋ ਰਹੇ ਨੇ, ਪਹਿਲਾਂ ਤਾਂ ਪਾਕਿਸਤਾਨ ਦਾ ਜ਼ਿਕਰ ਹੁੰਦਾ ਰਿਹਾ ਪਰ ਹੁਣ ਤਾਂ ਉਧਰੋਂ ਵੀ ਜਿਹੜਾ ਆ ਜਿਹੜਾ ਪੂਰਾ ਏਰੀਆ ਸੀਲ ਹੈਗਾ ਤੇ ਫਿਰ ਹੁਣ ਕਿੱਥੋਂ ਆਉਂਦੇ ਨੇ ਇਹਨਾਂ ਤੱਕ, ਕਿਹੜੇ ਰਸਤੇ ਆਉਂਦੇ ਰਹੇ, ਇੱਥੋਂ ਤੱਕ ਕਿ ਵਾਈਪਰ ਲੋਕਲ ਨਹੀਂ ਹੈਗੇ। ਪਹਿਲਾਂ ਜੇ ਆਪਾਂ ਥੋੜਾ ਸਮਾਂ ਪਿੱਛੇ ਜਾਂਦੇ ਤਾਂ ਹਥਿਆਰ ਜਿਹੜੇ ਨੇ ਯੂਪੀ ਜਾਂ ਹੋਰ ਮੇਡ ਜਿਹੜੇ ਨੇ ਉਹ ਲੋਕਲ ਹਥਿਆਰ ਇਹਨਾਂ ਕੋਲ ਪ੍ਰੋਵਾਈਡ ਹੁੰਦੇ ਸੀ, ਜਿਹਨੂੰ ਅਸੀਂ ਦੇਸੀ ਭਾਸ਼ਾ ਗੱਟਾ ਕਿਹਾ ਜਾਂਦਾ ਸੀ ਰਿਵੋਲਵਰ ਨੂੰ ਜਾਂ ਪਿਸਟਲ ਨੂੰ। ਪਰ ਹੁਣ ਹਾਈਟੈਕ ਵਾਈਪਰ ਨੇ ਇਹਨਾਂ ਕੋਲ, ਹੁਣ ਇੱਥੋਂ ਤੱਕ ਕਿ ਜਿਹੜੀਆਂ ਜਿਹੜੇ ਸਾਡੇ ਇੱਥੇ ਤੱਕ ਪੁਲਿਸ ਕੋਲ ਨਹੀਂ ਹੈ ਜਾਂ ਸਾਡੇ ਇੱਥੇ ਸਿਕਿਉਰਿਟੀ ਕੋਲ ਨਹੀਂ ਹੁੰਦੀ, ਉਹੋ ਜਿਹੇ ਹਥਿਆਰ ਇਹਨਾਂ ਕੋਲ ਜਿਹੜੇ ਨੇ ਉਹ ਪਾਏ ਜਾਂਦੇ ਨੇ ਤੇ ਉਹ ਇੱਕ ਵੱਡਾ ਸਵਾਲ ਵੀ ਹੈਗਾ, ਚੁਣੌਤੀ ਵੀ ਹੈਗੀ ਪੁਲਿਸ ਕੋਲ ਕਿ ਕੌਣ ਇਹਨਾਂ ਨੂੰ ਪ੍ਰੋਵਾਈਡ ਕਰਦਾ ਹੈ, ਕੌਣ ਕਿੱਥੋਂ ਹਥਿਆਰ ਲੈ ਕੇ ਆਉਂਦਾ। ਸਭ ਤੋਂ ਵੱਡੀ ਗੱਲ ਕਿ ਉਹ ਪੈਸਾ ਕਿੱਥੋਂ ਆਉਂਦਾ ਜਿਸ ਨਾਲ ਹਥਿਆਰ ਖਰੀਦੇ ਜਾਂਦੇ, ਕਿਉਂਕਿ ਇਹ ਕੋਈ ਸਸਤਾ ਨਹੀਂ, ਇੱਕ ਇੱਕ ਜਿਹੜਾ ਹੈਗਾ ਆ ਉਹ ਕਈ ਲੱਖਾਂ 'ਚ ਆਉਂਦਾ ਆ ਤੇ ਫਿਰ ਉਹ ਕਿੱਥੋਂ ਇਹਨਾਂ ਕੋਲ ਪਹੁੰਚਦਾ। ਇਹ ਵੱਡਾ ਸਵਾਲ ਇਹ ਹੈਗਾ, ਇਹ ਚੈਲੰਜ ਹੈਗਾ ਸਰਕਾਰ ਕੋਲ। ਕੇਵਲ ਦਾਅਵੇ ਜ਼ਰੂਰ ਪੰਜਾਬ ਦੀ ਸਰਕਾਰ ਠੋਕ ਰਹੀ ਹੈ, ਵੱਡੇ ਵੱਡੇ ਹੋਲਡਿੰਗ ਲਾ ਦਿੰਦੀ ਹੈ, ਨਸ਼ਾ ਮੁਕਤ ਕਰਨ ਦੀ ਗੱਲ ਕਰਦੀ ਹੈ, ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਨ ਦੀ ਗੱਲ ਕਰਦੀ ਆ, ਪਰ ਆਏ ਦਿਨ ਇਹ ਘਟਨਾਵਾਂ ਦਾ ਵਧਣਾ, ਲੋਕਾਂ ਉੱਤੇ ਗੋਲੀਆਂ ਚੱਲਣੀਆਂ, ਕਈ ਵਾਰ ਵਪਾਰੀਆਂ ਨੂੰ ਲੁੱਟੇ ਜਾਣਾ, ਵਪਾਰੀਆਂ 'ਤੇ ਗੋਲੀਆਂ ਚੱਲੀਆਂ, ਡਾਕਟਰਾਂ ਦੇ ਕੋਲ ਚੱਲਣੀਆਂ, ਇਹ ਸਵਾਲ ਜ਼ਰੂਰ ਖੜੇ ਕਰਦਾ ਆ ਸਰਕਾਰ ਨੂੰ ਲੈ ਕੇ ਕਿ ਇਹਨਾਂ 'ਤੇ ਰੋਕ ਕਿਵੇਂ ਲੱਗ ਪਾਵੇ। ਬਿਲਕੁਲ, ਸੋ ਕਿਆ ਇਹਨਾਂ ਗੈਂਗਸਟਰਾਂ ਦੀ ਕੋਈ ਪਛਾਣ ਹੁਣ ਤੱਕ ਸਾਹਮਣੇ ਆਈ ਹੈ ਕਿਆ? ਨਹੀਂ, ਇੱਥੇ ਕੋਈ ਇਹਨਾਂ ਦੀ ਪਹਿਚਾਣ ਅਜੇ ਪ੍ਰਾਪਤ ਨਹੀਂ ਹੋ ਪਾ ਰਹੀ ਹੈਗੀ ਤੇ ਕਿ ਵੀ ਇਹ ਕਿਹਨਾਂ ਨਾਲ ਸੰਪਰਕ 'ਚ ਸੀਗੇ ਜਾਂ ਕਿਹਨਾਂ ਨਾਲ ਇਹਨਾਂ ਦਾ ਜਿਹੜਾ ਇਨਵੋਲਵਮੈਂਟ ਹੈਗੀ ਆ। ਫਿਲਹਾਲ ਜਿਹੜਾ ਆ ਐਕਸ਼ਨ 'ਚ ਜ਼ਰੂਰ ਜਿਹੜਾ ਆ ਪੁਲਿਸ ਨਜ਼ਰ ਆਈ ਹੈ, ਪਰ ਇਹ ਐਕਸ਼ਨ ਹਮੇਸ਼ਾ ਹੀ ਰਾਧਾ ਜਦ ਹੁੰਦਾ ਹੈ ਜਾਂ ਦੂਜੇ ਪਾਸੋਂ ਜਵਾਬੀ ਕਾਰਵਾਈ ਹੋ ਜਾਂਦੀ ਹੈ ਜਾਂ ਪੰਜਾਬ ਦੇ ਵਿੱਚ ਮਾਹੌਲ ਜ਼ਿਆਦਾ ਖਰਾਬ ਹੋ ਜਾਂਦਾ ਹੈ। ਪਹਿਲਾਂ ਇਹ ਐਕਸ਼ਨ ਨਹੀਂ ਹੁੰਦਾ, ਪਹਿਲਾਂ ਕਿਤੇ ਗ੍ਰਿਫਤਾਰੀਆਂ ਨਹੀਂ ਹੁੰਦੀਆਂ, ਪਰ ਇਹੀ ਸਵਾਲ ਫੇਰ ਕੜਾ ਹੁੰਦਾ ਆ। ਬਿਲਕੁਲ, ਸਵਾਲ ਆਪਣੇ ਆਪ 'ਚ ਬਹੁਤ ਸਾਰੇ ਨੇ ਜਿਸ ਦਾ ਜਵਾਬ ਜਿਹੜਾ ਹੈ ਜ਼ਰੂਰ ਬਣਦਾ ਹੈ ਸਰਕਾਰਾਂ ਦਾ, ਪੁਲਿਸ ਪ੍ਰਸ਼ਾਸਨ ਦਾ। ਇੱਕ ਵਾਰ ਆਪਣੇ ਦਰਸ਼ਕਾਂ ਨੂੰ ਅਪਡੇਟ ਦੇ ਦਿੰਦੇ ਹਾਂ ਕਿ ਇਸ ਵੇਲੇ ਦੋਹਾਂ ਪਾਸਿਓਂ ਤਾਬੜਤੋੜ ਜੋ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ, ਪਿੰਡ ਸਨੇਟਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਦੀ ਖਬਰ ਹੈ ਔਰ ਇਸ ਦੇ ਵਿੱਚ ਮੰਨਿਆ ਜਾ ਰਿਹਾ ਕਿ ਦੋ ਬਦਮਾਸ਼ ਜਿਨ੍ਹਾਂ ਨੂੰ ਗੋਲੀਆਂ ਵੀ ਵੱਜੀਆਂ ਨੇ ਤੇ ਉਹਨਾਂ ਦੀ ਹਾਲਤ ਨਾਜ਼ੁਕ ਹੈ। ਹਾਲਾਂਕਿ ਹੁਣ ਤੱਕ ਜਿਹੜੀ ਹੈ ਅਧਿਕਾਰਿਕ ਤੌਰ ਤੇ ਪੁਸ਼ਟੀ ਇਸ ਪੂਰੀ ਘਟਨਾ ਨੂੰ ਲੈ ਕੇ ਹੋਣੀ ਬਾਕੀ ਹੈ, ਲੇਕਿਨ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਪੁਲਿਸ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਜਿਹੜੀ ਫਾਇਰਿੰਗ ਕੀਤੀ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸ਼ਾਇਦ ਨਾਕਾ ਲਗਾਇਆ ਗਿਆ ਸੀ, ਨਾਕਾ ਤੋੜ ਕੇ ਇਹ ਜਿਹੜੇ ਬਦਮਾਸ਼ ਭੱਜੇ ਨੇ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਫਿਰ ਇਹ ਜਿਹੜੀਆਂ ਤਾਬੜਤੋੜ ਗੋਲੀਆਂ ਦੋਹੇ ਪਾਸਿਓਂ ਚੱਲੀਆਂ ਨੇ। ਮੋਹਾਲੀ ਦੇ ਵਿੱਚ ਇਹ ਐਨਕਾਊਂਟਰ ਦੀ ਘਟਨਾ ਵਾਪਰੀ ਆ। ਹਾਲਾਂਕਿ ਇਹਨਾਂ ਦੀ ਕੀ ਕੁਝ ਪਛਾਣ ਬਦਮਾਸ਼ਾਂ ਦੀ ਹੈ, ਕਿੰਨੇ ਕੁੱਲ ਗੈਂਗਸਟਰ ਨੇ ਬਦਮਾਸ਼ ਨੇ ਜਿਨ੍ਹਾਂ ਦੇ ਨਾਲ ਐਨਕਾਊਂਟਰ ਚੱਲ ਰਿਹਾ, ਇਹ ਇਸ ਦੇ ਬਾਰੇ ਹਲੇ ਜਿਹੜਾ ਹੈ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ, ਲੇਕਿਨ ਜਿਸ ਵੇ ਜਿਵੇਂ ਅਪਡੇਟ ਆਏਗੀ ਫਿਰ ਦਰਸ਼ਕਾਂ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ। ਲੇਕਿਨ ਦੋਹਾਂ ਪਾਸਿਓਂ ਤਾਬੜਤੋੜ ਫਾਇਰਿੰਗ ਦੀ ਘਟਨਾ ਵਾਪਰੀ ਹੈ, ਹਥਿਆਰਾਂ ਦੀ ਵੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਸਾਫ਼ ਹੈ ਇਹ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਹ ਹਥਿਆਰ ਇਹਨਾਂ ਕੋਲ ਪਹੁੰਚਦੇ ਕਿਸ ਤਰ੍ਹਾਂ ਦੇ ਨਾਲ, ਔਰ ਕਿਉਂਕਿ ਇਹ ਬੜੇ ਹਾਈਟੈਕ ਜਿਹੜੇ ਹਥਿਆਰ ਰਹਿੰਦੇ ਨੇ, ਆਟੋਮੈਟਿਕ ਹਥਿਆਰ ਰਹਿੰਦੇ ਨੇ, ਔਰ ਜੇ ਵਿਚਕਾਰ ਜਿਹੜੇ ਇਹ ਕਿਹਾ ਜਾਂਦਾ ਕਿ ਨਕੇਲ ਕੱਸੀ ਜਾ ਰਹੀ ਹੈ, ਨਾ ਤਾਂ ਅਪਰਾਧਿਕ ਘਟਨਾਵਾਂ ਰੁਕ ਰਹੀਆਂ ਨੇ, ਨਾ ਇਹ ਗੈਂਗਸਟਰ ਜਿਹੜੇ ਨੇ ਉਹਨਾਂ 'ਤੇ ਠੱਲ ਪੈ ਰਹੀ ਹੈ, ਸਗੋਂ ਇਹਨਾਂ ਕੋਲ ਜਿਹੜੇ ਆਧੁਨਿਕ ਹਥਿਆਰ ਵੀ ਨੇ ਅਤੇ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ। ਫਿਲਹਾਲ ਮੋਹਾਲੀ ਤੋਂ ਇਹ ਜਿਹੜੀ ਤਸਵੀਰ ਸਾਹਮਣੇ ਆਈ ਹੈ